आप देख रहे हैं APN वेब न्यूज। ਗੁਰਪ੍ਰੀਤ ਸਿੰਘ ਭੁੱਲਰ IPS ਪੁਲਿਸ ਕਮਿਸ਼ਨਰ ਜਨਰਲ ਵੱਲੋਂ ਨਸ਼ਾ ਤਸਕਰਾਂ ਸੰਬੰਧੀ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ 1 ਅਗਸਤ ਪੁਲਿਸ ਪਾਰਟੀ ਨੇ ਨੂੰ ਸਲਾਹ ਮਿਲੀ ਸੀ ਕਿ ਪ੍ਰਕਾਸ਼ ਸਿੰਘ ਹੈਪੀ ਕੋਟ ਬਾਬਾ ਦੀਪ ਸਿੰਘ ਮੱਲਾ ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਪੁਲਿਸ ਪਾਰਟੀ ਸਮੇਤ ਰੇਡ ਕੀਤਾ ਅਤੇ ਪ੍ਰਕਾਸ਼ ਸਿੰਘ ਹੈਪੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 8 ਪੇਟੀਆਂ ਵੱਖ ਵੱਖ ਮਾਰਕੀਟ ਦੀਆਂ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।